ਵਧੀਆ ਹੋਵੇ। ਅਤੇ ਮੈਂ ਅੱਜ ਸਿਖਾਉਣ ਜਾ ਰਿਹਾ ਤੁਹਾਨੂੰ ਵੀਡੀਓ ਦੀ ਐਡੀਟਿੰਗ, ਜਿਵੇਂ ਆ ਲਿਖ ਕੇ ਆ ਰਿਹਾ ਜੋ ਵੀ ਮੈਂ ਬੋਲਦਾ ਉਹ ਥੱਲੇ ਲਿਖ ਕੇ ਆ ਰਿਹਾ, ਤੁਹਾਡੇ ਸਾਹਮਣੇ ਹੀ ਹੈ, ਠੀਕ ਆ। ਜੇ ਤੁਸੀਂ ਵੀ ਇੱਦਾਂ ਦੀ ਐਡੀਟਿੰਗ ਕਰਨਾ ਚਾਹੁੰਦੇ ਹੋ, ਇੱਦਾਂ ਦੀ ਐਡੀਟਿੰਗ ਬਹੁਤ ਵਧੀਆ ਲੱਗਦੀ ਹੁੰਦੀ ਆ, ਜੇ ਬੰਦੇ ਨੂੰ ਆਵਾਜ਼ ਨਾਲ ਸਮਝ ਆਵੇ ਕਿ ਪੜ੍ਹ ਕੇ ਦੇਖ ਲੈਂਦੇ ਆ ਵੀ ਕੀ ਆ, ਠੀਕ ਆ। ਅਤੇ ਉਹ ਵੀ ਵੀਡੀਓ ਇਹ ਲਿਖਣ ਨਾਲ ਵੀਡੀਓ ਬਹੁਤ ਸੋਹਣੀ ਲੱਗਦੀ ਆ, ਬਹੁਤ ਵਧੀਆ ਘੈਂਟ ਲੱਗਦੀ ਆ। ਅਤੇ ਫਿਲਮਾਂ ਜੇ ਆਪਾਂ ਕੋਈ ਫਿਲਮ ਦੇਖਦੇ ਹਾਂ ਉਹਨਾਂ ਉੱਤੇ ਵੀ ਥੱਲੇ ਬਰੀਕ ਬਰੀਕ ਅੱਖਰਾਂ ਲਿਖ ਕੇ ਆਉਂਦੇ ਆ, ਬਸ ਇਹ 'ਚ ਫਰਕ ਇੰਨਾ ਆਪਣਾ ਥੋੜ੍ਹਾ ਮੋਟੇ ਅੱਖਰਾਂ 'ਚ ਹੁੰਦਾ, ਠੀਕ ਆ। ਉਹ ਫਿਲਮ ਹੁੰਦੀ ਉਹ 'ਚ ਤਾਂ ਬਰੀਕ ਅੱਖਰਾਂ 'ਚ ਹੁੰਦਾ। ਅਤੇ ਇਸ ਵੀਡੀਓ ਦੀ ਐਡਿਟਿੰਗ ਸਿੱਖਣ ਦੇ ਲਈ ਲਾਈਕ ਕਰੋ, ਵੀਡੀਓ ਚੈਨਲ ਨੂੰ ਸਬਸਕ੍ਰਾਈਬ ਕਰੋ ਜ਼ਰੂਰ, ਜੇ ਸੁਣਨੇ ਨਹੀਂ ਕਹਿੰਦਾ ਤੁਹਾਡੀ ਦਿਲ ਦੀ ਰਹੀ ਆ ਪਰ ਮੇਰਾ ਕਹਿੰਦਾ ਫਸ ਗਿਆ, ਠੀਕ ਆ। ਅਤੇ ਮੈਂ ਤੁਹਾਡੇ ਤੋਂ ਸੋਰੀ ਮੰਗਣਾ ਚਾਹੁੰਦਾ, ਵੀਡੀਓ ਥੋੜ੍ਹੀ ਲੇਟ ਹੋ ਗਈ, ਪਰ ਵੀਡੀਓ ਯਾਰ ਤਾਂ ਬਣਾਵਾਂ ਜੇ ਉਹ ਹੋਵੇ, ਕੋਈ ਮੇਰੀ ਵੀਡੀਓ ਦੇਖੇ, ਚੈਨਲ ਸਬਸਕ੍ਰਾਈਬ ਕਰੇ, ਲਾਈਕ ਕਰੇ, ਵੀਡੀਓ ਪੂਰੀ ਦੇਖ ਲਵੇ, ਲਾਈਕ ਭਾਵੇਂ ਨਾ ਕਰੇ ਸਬਸਕ੍ਰਾਈਬ ਨਾ ਕਰੇ ਪਰ ਵੀਡੀਓ ਪੂਰੀ ਦੇਖੇ, ਵੀਡੀਓ ਮੇਰੇ ਚਲਾਉਂਦੇ ਆ, ਮੇਰੀ ਆਵਾਜ਼ ਦੇਖਦੇ ਆ, ਆਵਾਜ਼ ਦੇਖ ਕੇ ਵੀਡੀਓ ਕੱਟ ਦਿੰਦੇ ਆ। ਯਾਰ ਮੇਰੀ ਆਵਾਜ਼ ਨਹੀਂ ਵਧੀਆ ਤਾਂ ਤੁਸੀਂ ਵੀਡੀਓ ਕੱਟ ਦਿੰਦੇ, ਇੱਦਾਂ ਨਹੀਂ ਹੁੰਦਾ। ਮੈਂ ਤੁਹਾਨੂੰ ਕੁਛ ਸਿਖਾਉਣ ਦੇ ਲਈ ਕਰਦਾ ਹੁੰਦਾ, ਠੀਕ ਆ। ਜੋ ਵੀਡੀਓ ਨੇ ਇਹਨੂੰ ਪੂਰੀ ਨੂੰ ਵੇਖਿਓ, ਠੀਕ ਆ। ਅਤੇ ਫਿਰ ਮੈਂ ਕਰਦੇ ਹਾਂ ਵੀਡੀਓ ਨੂੰ, ਆਪਾਂ ਵੀਡੀਓ ਨੂੰ ਕਰਦੇ ਹਾਂ ਸਟਾਰਟ, ਵੀਡੀਓ ਨੂੰ ਕਰਦੇ ਹਾਂ ਸਟਾਰਟ। ਮੈਂ ਤੁਹਾਨੂੰ ਇੱਕ ਵਾਰੀ ਫਿਰ ਕਹਿ ਦੇਵਾਂ, ਪਲੀਜ਼ ਯਾਰ ਵੀਡੀਓ ਨੂੰ ਲਾਈਕ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ, ਕਿਉਂਕਿ ਵੀਡੀਓ ਬਣਾਉਂਦਾ ਵਾ ਰੀਜਨ ਹੀ ਇਹ ਹੁੰਦਾ ਵੀ ਵੀਡੀਓ ਲਾਈਕ ਹੋਣ ਵਧੀਆ, ਸਬਸਕ੍ਰਾਈਬ ਹੋਣ, ਵਿਊਜ਼ ਹੋਣ ਵਧੀਆ। ਅਤੇ ਮੈਂ ਤੁਹਾਨੂੰ ਸਾਰੇ ਭਰਾ ਯੂਟਿਊਬਰ ਵਾਲੇ ਸਾਰੇ ਇਹੀ ਗੱਲ ਕਹਿੰਦੇ, ਲਾਈਕ ਕਰੋ, ਚੈਨਲ ਸਬਸਕ੍ਰਾਈਬ ਕਰੋ, ਤੁਹਾਨੂੰ ਦੋਨੇ ਨਹੀਂ ਕਹਿੰਦੇ ਨਾ, ਤੁਹਾਡੀ ਮਰਜ਼ੀ ਆ, ਦਿਲ ਦੇ ਰੀਜਨ ਆਪਦੇ ਸ਼ੌਂਕ ਨਾ ਕਰਿਓ, ਮੈਂ ਕੋਈ ਜ਼ਬਰਦਸਤੀ ਨਹੀਂ ਕਹਿੰਦਾ, ਠੀਕ ਆ। ਅਤੇ ਤੁਹਾਨੂੰ ਕਰਨਾ ਨਹੀਂ ਕਰਨਾ ਤੁਹਾਡੀ ਮਰਜ਼ੀ, ਠੀਕ ਆ। ਅਤੇ ਬਾਕੀ ਗੱਲ ਰਹੀ ਤੁਸੀਂ ਵੀਡੀਓ ਪਰ ਪਲੀਜ਼ ਪੂਰੀ ਦੇ ਲਿਓ ਲਾਈਕ, ਜਾਂ ਚੈਨਲ ਸਬਸਕ੍ਰਾਈਬ ਨਹੀਂ ਕਰਨਾ ਕੋਈ ਚੱਕਰ ਨਹੀਂ, ਤੁਸੀਂ ਵੀਡੀਓ ਪਲੀਜ਼ ਪੂਰੀ ਵੇਖਿਓ, ਠੀਕ ਆ। ਅਤੇ ਆਪਣੇ ਵੀਡੀਓ ਨੂੰ ਬਣਾਉਣ ਦੇ ਲਈ ਆਪਾਂ ਨੂੰ ਇੱਕ ਐਪ ਦੀ ਯੂਜ਼ ਪਊਗੀ, ਉਹ ਐਪ ਕਿੱਥੋਂ ਡਾਊਨਲੋਡ ਕਰਨਾ ਉਹ ਵੀਡੀਓ ਮੈਂ ਤੁਹਾਨੂੰ ਐਂਡ 'ਚ ਜ਼ਰੂਰ ਦੱਸੂੰਗਾ, ਠੀਕ ਆ। ਅਤੇ ਜੇ ਤੁਹਾਨੂੰ ਮੈਂ ਨਾ ਬਣਾਉਣੀ ਹੋਊਗੀ ਤਾਂ ਮੈਂ ਲਿੰਕ 'ਚ ਦੇ ਦੂੰਗਾ, ਠੀਕ ਆ, ਉੱਥੋਂ ਜਾ ਕੇ ਐਪ ਨੂੰ ਡਾਊਨਲੋਡ ਕਰ ਲੈਣਾ। ਅਤੇ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਆਪਾਂ ਐਪ ਨੂੰ ਕਰਦੇ ਓਪਨ, ਓਪਨ ਕਰਨ ਤੋਂ ਬਾਅਦ ਇੱਥੇ ਲਿਖਿਆ ਸੀ ਆਰ ਏ, ਥੱਲੇ ਲਿਖਿਆ ਹੋਊਗਾ ਪਲੱਸ ਦਾ ਨਿਸ਼ਾਨ ਬਣਾ, ਉਹ ਇੱਥੇ ਦੱਬ ਦਿਓ, ਠੀਕ ਆ। ਫਿਰ ਇੱਥੇ ਲਿਖੋ ਵੀਡੀਓ ਆਫਰ ਇਨ ਦਾ ਐਡੀਟਿੰਗ ਪ੍ਰੋਜੈਕਟਸ, ਉਹ 'ਤੇ ਦੱਬਾਂਗੇ। ਜਿੱਦਾਂ ਹੀ ਆਹ ਵੀਡੀਓ ਆ ਗਈ, ਇਹਨੂੰ ਆਪਾਂ ਕਰਦੇ ਸਲੈਕਟ, ਜੇ ਤਾਂ ਆਪਣੇ ਬਣਾਉਣੀ ਹੈ, ਠੀਕ ਆ। ਫਿਰ ਇੱਥੋਂ ਆਹ ਲਿਖਿਆ ਆਫਰ ਸੁਣ, ਇਹਦੇ 'ਤੇ ਹੋਊਗਾ ਸਾਰਿਆਂ ਨੂੰ ਉਤਲੇ ਵਾਲੇ, ਅਤੇ ਸੁਣ ਇੰਡੀਆ 'ਤੇ ਕਰ ਲੈਣਾ। ਇੰਡੀਆ ਸਲੈਕਟ ਕਰਨ ਤੋਂ ਬਾਅਦ ਇਹਨੂੰ ਕੁਝ ਇਸ ਤਰ੍ਹਾਂ ਕਰ ਲੈਣਾ, ਇਹ ਨਾ ਤੁਹਾਡੀ ਵੀਡੀਓ ਡਾਊਨਲੋਡ ਹੋ ਰਹੀ ਹੈ, ਇਹ ਡਾਊਨਲੋਡ ਨਹੀਂ, ਇਹ ਤੁਹਾਡਾ ਥੋੜ੍ਹਾ ਜਿਹਾ ਉਹਨੂੰ ਸਮਝੂਗਾ ਵੀ ਇਹ ਕੀ ਬੋਲਦਾ, ਉਹ ਲਿਖ ਕੇ ਆਉਣ ਦੇ ਲਈ, ਤਾਂ ਕਰਕੇ ਕੁਛ ਉਹ ਕਰੂਗਾ, ਠੀਕ ਆ। ਲੋਡਿੰਗ ਜੀ ਲਊਗਾ, ਲੋਡਿੰਗ ਲੈਣ ਤੋਂ ਬਾਅਦ ਖੜ੍ਹੇ ਹੋ, ਥੋੜ੍ਹਾ ਟਾਈਮ ਲਊਗਾ ਸਮਝਦਾ ਵੀ ਕਿੱਥੋਂ ਕਿਵੇਂ ਲਿਖਣਾ, ਉਹ ਕੀ ਬੋਲਦਾ, ਠੀਕ ਆ, ਇਹ ਸਭ ਉਹ ਸਮਝ ਰਿਹਾ, ਤਾਂ ਕਰਕੇ ਥੋੜ੍ਹੀ ਲੋਡਿੰਗ ਲਊਗਾ ਜੀ। 99 ਮਿੰਟ, ਠੀਕ ਆ। ਦੇਖੋ ਮੈਂ ਬੋਲ ਰਿਹਾ ਸੀ ਵੀ ਜਿਹੜਾ ਮੈਂ ਪਿਛਲੇ ਪੇਜ ਦੇ ਵਿੱਚ ਲਿੰਕ ਦਿੱਤਾ ਉਸ ਲਿੰਕ ਨੂੰ, ਠੀਕ ਆ। ਮੈਂ ਜਦ ਸਭ ਬੋਲ ਰਿਹਾ, ਮੈਂ ਇਹ ਸਟੇਟਸ ਲਾਇਆ ਅਤੇ ਇੰਸਟਾਗ੍ਰਾਮ 'ਤੇ, ਠੀਕ ਆ, ਇਹ ਸਭ ਬੋਲ ਰਿਹਾ। ਦੇਖੋ ਲਿਖ ਕੇ ਆ ਗਿਆ, ਮੈਂ ਕਿਹਾ ਥੱਲੇ ਲਿੰਕ ਦਿੱਤਾ, ਜਾ ਕੇ ਤੁਸੀਂ ਵੀਡੀਓ ਦੇਖੋ, ਵੀਡੀਓ ਮੈਂ ਐਡੀਟਿੰਗ ਕਰਨ ਲਈ ਤੁਹਾਨੂੰ ਸਿਖਾਈ ਆ, ਇਹ ਸਭ ਇੱਦਾਂ ਕੁਛ ਮੈਂ ਬੋਲਿਆ, ਓਕੇ ਇੱਦਾਂ, ਠੀਕ ਆ। ਅਤੇ ਉਹ ਸਭ ਇੰਗਲਿਸ਼ 'ਚ ਲਿਖ ਕੇ ਆ ਗਿਆ ਤੁਹਾਡੇ ਸਾਹਮਣੇ ਹੀ ਆ, ਠੀਕ ਆ। ਜਿਵੇਂ ਤੁਹਾਨੇ ਬਹਿ ਕੇ ਵੀਡੀਓ ਬਣਾਈ ਆ, ਪੇ ਕੇ ਜਾਂ ਖੜ ਕੇ ਜਿਵੇਂ ਵੀ ਕਰਕੇ ਤੁਹਾਡੇ ਮੂੰਹ 'ਤੇ ਆਉਂਦਾ, ਇਹਨੂੰ ਇੱਦਾਂ ਕਰੋ, ਇੱਥੋਂ ਸਲੈਕਟ ਵੀ ਹੋ ਜੂਗਾ, ਠੀਕ ਆ। ਅਤੇ ਤੁਹਾਨੂੰ ਜਿਵੇਂ ਆਹ ਆ ਰਿਹਾ ਇੱਦਾਂ ਤੁਹਾਨੂੰ ਵਧੀਆ ਨਹੀਂ ਲੱਗਦਾ, ਅਤੇ ਤੁਸੀਂ ਇਹਦਾ ਹੋਰ ਵੀ ਚੇਂਜਿੰਗ ਕਰ ਸਕਦੇ ਹੋ, ਜਿਵੇਂ ਇਹ ਇੱਦਾਂ ਵੀ ਆ ਸਕਦਾ, ਤੁਹਾਨੂੰ ਦਿਖਾਵਾਂ, ਦੇਖੋ ਇਹ ਹੁਣ ਹੋਰ ਟੇਪ ਹੋ ਗਿਆ, ਠੀਕ ਹੈ। ਇਹ ਇੱਦਾਂ ਵੀ ਹੋ ਸਕਦਾ, ਸਭ ਤਰ੍ਹਾਂ ਦਾ ਕਰ ਸਕਦੇ ਹੋ। ਅਤੇ ਜਿਵੇਂ ਉਹ ਮੋਟੇ ਅੱਖਰਾਂ 'ਚ ਇਹਨੂੰ ਇੱਦਾਂ ਦੇ ਅੱਖਰਾਂ 'ਚ ਵੀ ਕਰ ਸਕਦੇ ਹੋ, ਅੱਖਰ ਵੀ ਇਹਦੇ ਸਭ 'ਚ ਇਹ ਕਰ ਸਕਦੇ ਹੋ, ਤੁਹਾਡੇ 'ਤੇ ਉਹ ਹੁੰਦਾ, ਠੀਕ ਆ। ਅਤੇ ਇਹਨੂੰ ਫਿਰ ਸਭ ਦੇਖੋ ਆਹ ਲਿਖਿਆ ਸਭ ਕਰਿਆ ਹੋਇਆ, ਅਤੇ
ਬਾਕੀ ਇਹ 'ਚ ਕੁਛ ਵੀ ਕਰਨ ਦੀ ਲੋੜ ਨਹੀਂ ਆ ਐਡੀਟਿੰਗ ਟੀਗਾ ਦਾ ਐਸਾ ਫਿਰ ਤੁਹਾਡਾ ਆਪੇ ਲਿਖ ਕੇ ਆਉਣ ਲਾਈਵ ਅੱਖਰ ਜਿਵੇਂ ਕਹਿੰਦੇ ਆ ਉਹ ਤੁਸੀਂ ਕਰ ਸਕਦੇ ਹੋ ਠੀਕ ਆ। ਕਿਤੇ ਮਰਜ਼ੀ ਵੀਡੀਓ ਦੀ ਐਡਿਟ ਫਿਰ ਇੱਥੇ ਸਿੱਧਾ ਕਰੋ ਕਲਿੱਕ, ਤੁਹਾਡੀ ਵੀਡੀਓ ਹੋ ਜੂਗੀ ਡਾਊਨਲੋਡ, ਡਾਊਨਲੋਡ ਹੋਣੀ ਸਟਾਰਟ ਠੀਕ ਆ। ਅਤੇ ਮੇਰੇ ਡਾਊਨਲੋਡ ਮੈਨੇ ਕਰੀ ਨਹੀਂ ਠੀਕ ਆ। ਅਤੇ ਤੁਸੀਂ ਫਿਰ ਉਹਨੂੰ ਐਪ ਨੂੰ ਡਾਊਨਲੋਡ ਕਰਨ ਲਈ ਤੁਹਾਨੂੰ ਜਾਣਾ ਪਊਗਾ ਪਲੇ ਸਟੋਰ 'ਚ, ਜੇ ਤੁਹਾਨੂੰ ਕਰ ਲਿਆ ਤਾਂ ਇਹ ਗੱਲ ਕੀ ਕਹਿਣੀ ਆ ਠੀਕ ਆ। ਪਲੇ ਸਟੋਰ ਇੱਥੇ ਸਰਚ ਕਰਨਾ ਪਊਗਾ, ਸਪੈਲਿੰਗ ਮੈਂ ਵੇਖ ਲਾ, BLI ਆ ਗਿਆ ਠੀਕ ਆ। NK ਸੋਰੀ ਇਹ ਥੋੜ੍ਹਾ ਗਲਤ ਭਰਿਆ ਗਿਆ, ਦੁਬਾਰਾ ਮੈਂ ਉਹਦੀ ਸਪੈਲਿੰਗ ਦੇਖ ਲਵਾਂ। NK ਹਾਂ ਸਹੀ ਆ ਇਹ ਹਾਂ ਠੀਕ ਆ। ਮੈਂ ਥੋੜ੍ਹਾ ਥੱਲੇ ਸਟੋਰ ਕਰ ਲਿਓ, ਮੈਂ ਕਹਿਣਾ ਤੁਹਾਨੂੰ ਪਲੇ ਸਟੋਰ 'ਚੋਂ ਲੱਭਣਾ ਔਖਾ ਲੱਗੂਗਾ ਆ ਪਿਆ ਠੀਕ ਆ। ਤੁਸੀਂ ਸਪੈਲਿੰਗ ਪੂਰੀ ਲਿਖ ਲਿਓ ਠੀਕ ਆ, ਬਲੈਂਕ ਜੋ ਵੀ ਸਾਰਾ ਪੂਰਾ ਲਿਖੋ ਸਰਚ ਉੱਤੇ ਹੀ ਆਜੂਗਾ ਠੀਕ ਆ। ਤਾਂ ਕਰਕੇ ਮੈਂ ਕਹਿ ਰਿਹਾ ਅਪਡੇਟ ਵੀ ਇਹਦੀ ਕਰਦੇ ਰਿਹਾ ਕਰਿਓ, ਮੇਰੇ ਥੋੜ੍ਹਾ ਜਿਹਾ ਫੁੱਲ ਆ, ਮੈਨੂੰ ਕੁਛ ਡਿਲੀਟ ਕਰਨਾ ਤਾਂ ਅਪਡੇਟ ਕਰਨੀ ਪਊ ਠੀਕ ਆ। ਕੋਈ ਨਾ ਅਪਡੇਟ ਮੈਂ ਕੁਛ ਡਿਲੀਟ ਕਰਕੇ ਅਪਡੇਟ ਦਾ ਜਿਹੜੀ ਅਪਡੇਟ ਆ ਉਹ ਮੈਂ ਤੁਹਾਨੂੰ ਜ਼ਰੂਰ ਦੱਸੂਗਾ ਠੀਕ ਆ। ਨਾਲੇ ਮੈਂ ਲਿੰਕ ਤਾਂ ਥੱਲੇ ਇੰਸਟਾਗ੍ਰਾਮ ਦਾ ਤੁਸੀਂ ਜਾ ਕੇ ਫੋਲੋ ਕਰ ਸਕਦੇ ਹੋ ਬਾਬੇ ਨੂੰ ਸਾਨੂੰ ਠੀਕ ਆ। ਅਤੇ ਮੇਰੇ ਯਾਰ ਬੇਲੀ ਸਾਰੇ ਇਹ ਗੱਲ ਹੀ ਬਣਾਈ ਸੀ। ਚਲੋ ਓਕੇ, ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਔਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਹਾਂ ਮੈਨੂੰ ਪਤਾ ਮੇਰੀ ਆਵਾਜ਼ ਇੰਨੀ ਵਧੀਆ ਨਹੀਂ ਕਹੀ ਤਾਂ ਕਰਕੇ ਮੇਰੀ ਵੀਡੀਓ ਨਹੀਂ ਵੇਖਦੇ, ਅਤੇ ਮੈਂ ਜਿਹੜੀਆਂ ਵੀ ਗੱਲਾਂ ਬੋਲਦਾ ਸੀ ਮੇਰੀ ਆਵਾਜ਼ ਨਹੀਂ ਵਧਿਆ। ਇੱਥੇ ਕਈ ਬੰਦੇ ਗੁੱਸਾ ਵੀ ਕਰਨਗੇ, ਕਈ ਮੈਨੂੰ ਐਂ ਵੀ ਕਹਿਣਗੇ ਹਾਂ ਉਹ ਤਾਂ ਹੈ ਹੀ ਵੀ ਤੇਰੀ ਆਵਾਜ਼ ਵਧੀਆ ਨਹੀਂ, ਪਰ ਲੇ ਯਾਰ ਤੁਹਾਨੂੰ ਮੈਂ ਇੱਕ ਕੁਛ ਸਿਖਾਉਣ ਦੇ ਲਈ ਇਹ ਸਭ ਕਰਦਾ ਹੁੰਦਾ, ਬਾਕੀ ਤੁਹਾਡੀ ਮਰਜ਼ੀ ਜੋ ਠੀਕ ਆ। ਵੀਡੀਓ ਪਲੇ ਪੂਰਾ ਦੇਖਿਓ, ਥੈਂਕ ਯੂ।